ਚੱਲੀ ਕੋਈ ਨਾ, ਅਸਾਂ ਤੋੜਨਾ ਕਿਉਂਕਿ ਇਸ ਤਰ੍ਹਾਂ ਨੁਕਸਾਨ ਹੋ ਸਕਣਾ। ਔਰ ਇਰਫਾਨ ਜ਼ਫਰ ਸਾਹਿਬ ਐਸੇ ਯੂਟਿਊਬਰ ਨੇ ਜਿਨ੍ਹਾਂ ਨਾਲ ਅਨਕਰੀਬ ਮਾੜੀ ਮੁਲਾਕਾਤ ਵੀ ਹੋ ਸੀ। ਜ਼ਫਰ ਨਾਲ ਮੁਲਾਕਾਤ ਹੀ ਬਾਅਦ ਇੱਥੋਂ ਇੱਥੇ ਛਾਲ ਮਾਰਨੀ। ਇੱਥੇ ਕੋਈ ਸਕੂਲ ਵੀ ਆਇਆ ਹਾਂ ਪੜ੍ਹਨੇ ਹੋ ਸਕੂਲ? ਹਾਂ ਉਹ ਕਿਤੇ ਤੱਕ ਕਰਾਚੀ ਕਿਹੜੇ ਸ਼ਹਿਰ ਹੀ ਚੁਣੇ ਹੋ? ਕਿਹੜੀ ਜਗ੍ਹਾ? ਸਰਾਬਕੋਟ। ਇਸ ਜਗ੍ਹਾ ਤੋਂ ਬਾਅਦ ਅਸੀਂ ਜਿਹੜਾ ਨਾ ਕੋਈ ਵੀ ਜਗ੍ਹਾ ਬਰਾਬਰ ਨਹੀਂ ਨਜ਼ਰ ਅੱਛੀ, ਜਿਹੜੀ ਵੀ ਜਗ੍ਹਾ ਨਜ਼ਰ ਆਈ ਸੀ ਉਹ ਚੜ੍ਹਾਈ ਨਹੀਂ ਸ਼ਕਲ ਹੀ ਚ ਸੀ। ਅਸਲਾਮ ਅਲੈਕੁਮ ਵਰਹਿਮਤੁਲਾਹ ਬਰਕਾਤੁਹ, ਵੈਲਕਮ ਟੂ ਬਸਤ ਅਲੀ ਵਲੋਗ। ਉਮੀਦ ਹੈ ਖੈਰ ਖਰੀਅਤ ਨਾਲ ਹੋਸੋ, ਸਾਰੇ ਦਾ ਅੱਲਾ ਪਾਕ ਨੇ ਇਸ ਤੋਂ ਇਮਾਨ ਵਿੱਚ ਵੀ ਹੋਸੋ। ਅੱਜ ਜਿਹੜਾ ਆ ਇੱਕ ਸਫ਼ਰ ਹੈ, ਬੜਾ ਤਵੀਲ ਸਫ਼ਰ ਹੈ। ਇਹ ਪਾਰ ਜਿਹੜਾ ਤੁਸੀਂ ਬਾਦਲ ਨਜ਼ਰ ਆਈ ਰਹੇ, ਇਸ ਤੋਂ ਪਿੱਛੇ ਜਾਣਾ, ਉੱਥੋਂ ਜਾਈਦਾ ਵੀ ਇੱਥੇ ਨਾ ਵਿਊ ਦੱਸਾਂ। ਸਾਰੇ ਨਾਲ ਸਰਦਾਰ ਬਾਬਰ ਸਾਹਿਬ ਹੈ, ਮਸ਼ਹੂਰ ਸ਼ਾਇਰ ਵੀ ਹੈ। ਬਾਬਰ ਸਾਹਿਬ ਆਵਾਮ ਵੈਲਕਮ ਆਹੀ ਹੋ। ਵੈਲਕਮ ਜੀ, ਵੈਲਕਮ। ਪਹੁੰਚੇ ਹਾਂ ਅਸਾਂ ਇਸ ਟਾਈਮ ਨਾਲਾ ਜਾਈ ਰਿਹਾ, ਖੂਬਸੂਰਤ ਕਿਸਮ ਦਾ ਨਾਲਾ। ਇਸ ਤਰ੍ਹਾਂ ਖੂਬਸੂਰਤ ਨਾਲੇ ਉੱਪਰ ਵੀ ਥੋੜ੍ਹਾ ਕੈਮਰਾ ਮਾਰੀ ਕਰੋ ਤਾਂ ਕਿ ਆਵਾਮ ਹੀ ਇਹ ਪਤਾ ਚੱਲਿਆ ਕਿ ਅਸਲ ਖੂਬਸੂਰਤੀ ਹੈ ਉਹ ਇੱਕ ਜਗ੍ਹਾ ਨਹੀਂ ਹੈ ਬਲਕਿ ਪੂਰੇ ਨਾ ਪੂਰਾ ਕਸ਼ਮੀਰ ਜਿੱਥੇ ਤੱਕ ਆਇਆ ਉਹ ਬਾਇਆ ਖੂਬਸੂਰਤ ਹੈ। ਔਰ ਇਹ ਤੁਸਾਂ ਦਰਖਤ ਤੱਕ ਇੱਕ ਨਵੇਂ ਕਿਸਮ ਦਾ ਦਰਖਤ, ਇਸ ਉੱਪਰ ਫੁੱਲ ਵਗੈਰਾ ਲੱਗੇ ਨੇ, ਇਸ ਲਈ ਅਸਾਂ ਵੀ ਨਹੀਂ ਸਮਝ ਗਏ ਕਿਸ ਚੀਜ਼ ਦਾ ਦਰਖਤ ਹੈ। ਲੇਕਿਨ ਜਿਸ ਜਗ੍ਹਾ ਅਸਾਂ ਜਾਣਾ ਉਹ ਬੜੇ ਦੂਰ ਜਗ੍ਹਾ ਹੀ ਹੈ। ਉਹ ਜਿਹੜਾ ਇਸ ਜਗ੍ਹਾ ਤੋਂ ਬਾਅਦ ਅਸੀਂ ਜਿਹੜਾ ਨਾ ਕੋਈ ਵੀ ਜਗ੍ਹਾ ਬਰਾਬਰ ਨਹੀਂ ਨਜ਼ਰ ਅੱਛੀ ਹੈਗੀ, ਜਿਹੜੀ ਵੀ ਜਗ੍ਹਾ ਨਜ਼ਰ ਆਈ ਸੀ ਉਹ ਚੜ੍ਹਾਈ ਨਹੀਂ ਸ਼ਕਲ ਹੀ ਚ ਸੀ। ਇਸ ਮਾਰੇ ਅਸਾਂ ਆਇਆ ਕਿ ਇੱਥੇ ਜਿਹੜਾ ਖਲਾਂ ਖਲੀ ਦਾ ਇੱਥੇ ਨਾ ਜਿਹੜਾ ਵਿਊ ਆ ਉਹ ਤੁਸੀਂ ਦੱਸਿਆ ਜਾਏ। ਇਹ ਨਾਲਾ ਜਿਸ ਟਾਈਮ ਆਈ ਜਾਣਾ ਨਾ ਉਸ ਟਾਈਮ ਪਾਣੀ ਇਤਨਾ ਹੋਈ ਜਾਣਾ ਕਿ ਇਸਨੇ ਉੱਪਰੇ ਗੁਜ਼ਰਨਾ। ਔਰ ਆਬਾਦੀ ਇੱਧਰ ਜਿਹੜੀ ਹੈ ਉਹ ਦੂਰ ਦੂਰ ਘਰ ਹੈ, ਕੋ ਨਜ਼ਦੀਕ ਘਰ ਨਹੀਂ ਹਨ ਕਿਉਂਕਿ ਜੰਗਲ ਹੈ ਜ਼ਿਆਦਾਤਰ ਏਰੀਆ ਜਿਹੜਾ ਹੈ ਜੰਗਲਾਤ ਉੱਪਰ ਮਬਣੀ ਹੈ। ਜੰਗਲਾਤ ਦੀ ਵਜ੍ਹਾ ਤੋਂ ਘਰ ਦੂਰ ਦੂਰ ਹੈ ਔਰ ਲੋਕ ਜਿਹੜਾ ਹੈ ਖੇਤੀਬਾੜੀ ਜ਼ਿਆਦਾ ਕਰੀਦੇ। ਨੀਚੇ ਤੁਸੀਂ ਤੱਕੋ ਕਿ ਕਿਸ ਕਦਰ ਖੂਬਸੂਰਤ ਪਾਣੀ ਔਰ ਬਿਲਕੁਲ ਸਾਫ਼ ਪਾਣੀ। ਵੈਸੇ ਜਿਸ ਜਗ੍ਹਾ ਅਸਾਂ ਜਾਈ ਰਹੇ ਹਾਂ ਉੱਥੇ ਜਿਹੜੀ ਹੈ ਰੋਡ ਇੱਕ ਮੇਨ ਰੋਡ ਵੀ ਲੱਗਣੀ ਜਿਹੜੀ ਕੋਟਲੀ ਮਿਰਪੁਰ ਨਿਸ਼ਾਰਾ ਹੀ ਆ, ਲੇਕਿਨ ਅਸਾਂ ਇੱਕ ਸ਼ਾਰਟਕੱਟ ਰੋਡ ਜਾਣੀ ਜਿਹੜੀ ਲਿੰਕ ਜਿਸ ਨਾਲ ਹਰ ਬੰਦਾ ਹੀ ਨਹੀਂ ਪਤਾ ਇਹ ਬਰਾਸਤਾ ਮਤਿਆਲ ਝੀਲ ਸੀ ਹੋਈਦਾ ਉਸ ਜਗ੍ਹਾ ਹੀ ਅਟੈਚ ਕਰਨੀ ਬਰਾਟ ਇਲਾਕੇ ਜ਼ਿਲ੍ਹਾ ਨਹੀਂ। ਅਸਾਂ ਅੱਜ ਉਹ ਰੋਡ ਨਾਲ ਵਿਜ਼ਿਟ ਕਰਨਾ ਔਰ ਇਸ ਰੋਡ ਨੇ ਦੱਸਣਾ ਕਿ ਰੋਡ ਕੀ ਪੋਜੀਸ਼ਨ ਹੈ ਇਸ ਨੀ ਔਰ ਇਸਨੇ ਜਿਹੜੀ ਕੋਈ ਖੂਬਸੂਰਤ ਚੀਜ਼ਾਂ ਹੀ ਉਹ ਕਿਸ ਤਰ੍ਹਾਂ ਨਹੀਂ ਆ। ਲੇਕਿਨ ਉੱਪਰ ਜਿਹੀ ਤੁਸੀਂ ਜਿਹੜੀ ਮੇਨ ਚੀਜ਼ ਹੈ ਉਹ ਦੱਸਣੀ ਕਿ ਜਿਹੜੇ ਲੋਕ ਧੌਲੀ ਪੀਰ ਬੰਜੋਸਾ ਜਾਂ ਆਜ਼ਾਦ ਕਸ਼ਮੀਰ ਨੇ ਖੂਬਸੂਰਤ ਮੁਜ਼ੱਫਰਾਬਾਦ ਨੇ ਖੂਬਸੂਰਤ ਵਿਊ ਤੱਕੇ ਨੇ ਪੀਰ ਜਨਾਸੀ ਉਸ ਤੋਂ ਜ਼ਿਆਦਾ ਖੂਬਸੂਰਤ ਵਿਊ ਜਿਹੜਾ ਆ ਉਹ ਆਪ ਸਾਈਡ ਉੱਪਰ ਅਸਾਂ ਜਾ ਸਕਦਾ ਉੱਥੋਂ ਤੁਸੀਂ ਦੱਸਾਂ ਫਿਰ ਤੁਸੀਂ ਤੱਕਿਓ ਕਿ ਆਜ਼ਾਦ ਕਸ਼ਮੀਰ ਨੇ ਇਹ ਖੂਬਸੂਰਤ ਤਰੀਨ ਜਿਹੜੀ ਜਗ੍ਹਾ ਹੀ ਆ ਜਿਹੜਾ ਗਾਉਂ ਆ ਇਸੀ ਨਾਲ ਆਖਿਆ ਜਾਣਾ। ਕਿਸ ਕਦਰ ਮੁਸ਼ਕਲ ਰੋਡ ਹੈ ਦੱਸੋ, ਬੋਲੋ। ਕਾਫੀ ਮੁਸ਼ਕਲ ਰੋਡ ਹੈ ਜੀ, ਅਸਾਂ ਤਕਰੀਬਨ ਕਾਫੀ ਉੱਪਰ ਆਈ ਗਏ ਹੁਣ, ਲੇਕਿਨ ਸਾਰੀ ਚੜ੍ਹਾਈ ਆ ਔਰ ਮੁਸ਼ਕਲ ਰੋਡ ਹੈ। ਲੇਕਿਨ ਇੱਕ ਗੱਲ ਹੈ ਕਿ ਖੂਬਸੂਰਤ ਹੈ, ਮੁਸ਼ਕਲ ਜ਼ਰੂਰ ਹੈ ਲੇਕਿਨ ਖੂਬਸੂਰਤ ਜਗ੍ਹਾ ਹੈ ਮੇਰੇ ਕਸ਼ਮੀਰ ਦੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਪਹਿਲੇ ਤੋਂ ਬਹੁਤ ਮੁਸ਼ਕਲ ਜਗ੍ਹਾ ਸੀ, ਇੱਥੋਂ ਰਸਤਾ ਜਿਹੜਾ ਨਹੀਂ ਬੰਦਾ ਜਾਈ ਸਕਣਾ ਸੀ। ਤਾਂ ਇਹ ਚੌਧਰੀ ਸਾਹਿਬ ਇਹ ਰੋਡ ਦਿੱਤੀ ਮਤਿਆਲ ਥੂ ਕਜਲਾਨੀ ਔਰ ਉਧਰੋਂ ਅੱਗੂ ਘਾਈ ਥੂ ਪਰੇ ਚੌਕ ਸਾਹਿਬਾਂ, ਜਿਸ ਨਾਲ ਅਗਰ ਬੰਦਾ ਕਜਲਾਨੀ ਤੋਂ ਜਾਣਾ ਚਾਹੀਦਾ ਇਸ ਵਿੱਚ ਵਾਲੀ ਰੋਡ ਹੈ ਜਿਹਦੇ 'ਚ ਸਵਾਰੀ ਥੂ ਨਿਕਲਣਾ। ਤਾਂ ਪੋਸਟਰ ਦਾ ਜ਼ਰਾ ਫਿਰ ਲੱਗਣੇ ਚਾਹੀਦੇ ਜੀ। ਬਿਲਕੁਲ, ਕੈਮਰਾ ਆਨ ਕਰੋ ਜੀ, ਮੈਂ ਵੀ ਆਉਣਾ ਹੈ ਕਿ ਕੈਮਰਾ ਆਨ ਕੀਤਾ ਜਾਏ ਕਿਉਂਕਿ ਕਾਫੀ ਜਿਹੜਾ ਨਾ ਦੂਰ ਅਸਾਂ ਪਹੁੰਚੀ ਆਏ ਹਾਂ ਔਰ ਇਸ ਜਗ੍ਹਾ ਜਿਹੜਾ ਅੱਛੀ ਦਾ ਬੜੀ ਖੂਬਸੂਰਤ ਇੱਕ ਵਿਊ ਨਜ਼ਰ ਆ ਰਿਹਾ। ਔਰ ਯੂਟਿਊਬਰ ਜਿਹੜੇ ਉਹਨਾਂ ਦੀ ਜ਼ਿੰਦਗੀ ਵਾਸਤੇ ਇੱਕ ਤਾਂ ਜ਼ਿੰਦਗੀ ਦੁਨੀਆ ਅਜ਼ਮਾਇਸ਼ ਹੈ, ਯੂਟਿਊਬਰਾਂ ਦੀ ਜ਼ਿੰਦਗੀ ਉਹ ਇੱਕ ਬਹੁਤ ਬੜੀ ਅਜ਼ਮਾਇਸ਼ ਹੈ। ਮੁਸ਼ਕਲ ਰਸਤਿਆਂ ਨੂੰ ਉਹਨਾਂ ਸਫ਼ਰ ਕਰਨਾ ਪੈਣਾ। ਇਹ ਜਿਸ ਜਗ੍ਹਾ ਅਸਾਂ ਮੌਜੂਦ ਹਾਂ ਜੀ, ਇਸ ਨਾਂ ਹੈ ਚੀੜੀ ਔਰ ਇੱਥੇ ਛਲੀਆਂ ਜਿਹੜੀਆਂ ਆ ਪੱਕੀ ਹੀ। ਬਸ ਸਾਹਿਬ ਚੋਰੀ ਨਹੀਂ ਕਰਨੀ, ਚੋਰੀ ਨਾ ਕਰਨਾ ਜੀ, ਚੋਰੀ ਨਹੀਂ ਅਸੀਂ ਹੱਦ ਦੀ ਨਹੀਂ। ਲੇਕਿਨ ਅਗਰ ਅਸਾਂ ਖੁਦ ਹਾਲੀ ਜ਼ਿਕਰ ਕਰੀਏ ਨਾ ਕਿ ਚੀਜ਼ਾਂ ਮੌਜੂਦ ਹੀ ਆ ਤਾਂ ਲੋਕਾਂ ਹੀ ਨਹੀਂ ਪਤਾ ਚੱਲਣਾ ਹੈਗਾ। ਇਸ ਬਾਰੇ ਅਸਾਂ ਆਉਂਦੇ ਹਾਂ ਕਿ
عوام میں بھی پتہ چلا ہوں واقعی کہ اگر چھلیاں ہے ہی تکنے چاہیے کہ پکیاں نہیں یا کچیاں ہیں بالکل مرحلہ ہی تسیں جی گل نیچے دسی سی اسیں ٹھیک دسی سی کہ چھلیاں جڑیا پکی رہی فصل تیار ہوئی ہے تکی سکنے تس چھلی کوئی نہ اساں توڑنے کیونکہ اس طرح نقصان ہوئی سکنا اور اساں کدے زندگی کسی نے نقصان نہیں کیتا اتھوں ہی ڈلساں جی اتھوں ہی ڈلساں اور سارے جتنے بھی سبسکرائبر ہیں انہوں نے پتا ہے کہ کشمیر نہ بس تھی بڑا ڈینجرس بلاگر ہلے پیدا ہی نہیں ہویا عرفان ظفر صاحب ہی اساں کیوں پسند کرنے ہیں یہ سوال بڑے لوکاں کیتا کہ عرفان ظفر صاحب ہی باسط صاحب تساں کیوں پسند کرنے ہو اساں اج اس نوں جواب دینا جانے ہاں کہ جتنے بھی ولاگر ہے اساں کدے کسے نے ویڈیو نہیں انٹرسٹ نال تکی عرفان ظفر صاحب نے اساں ویڈیو تکنے ہاں بڑے شوق نال کیونکہ وہ ویڈیو قدرت نے حسین مناظر کشمیر نی خوبصورتی دسنے انہیں اور عرفان ظفر صاحب ایسے یوٹیوبر ہے جنہاں نال ان قریب ماڑی ملاقات بھی ہو سی اور کسی یوٹیوبر نال کدے ملنے نی خواہش نہیں کیتی کیونکہ عرفان ظفر کشمیر ہی ایڈورٹائز کری رہا اور اساں نا بیسک مقصد جڑا زیادہ اساں ولاگنگ نہ ہی کرنے اساں اتھے بہت سارے مسئلے مسائل ہونے سارے گاؤں وچ وہ اجاگر کرنے ہیں لوکاں نوں اپڈیٹ دسنے ہیں نیوز اپڈیٹ ہر چیز دسنے ہیں لیکن عرفان صاحب جڑا ہے وہ جڑا کم کری رہے وہ کشمیر نے جڑے بیرون ہے ملک اوور سیئر لوگ ہے انہیں سارا کچھ دسی رہے وہ سارے تھی زیادہ ڈینجرس یوٹیوبر ہے لیکن اساں بھی خطرہ ہی نہیں اپنے فالوور واسطے اپنے سبسکرائبر واسطے جتھے ہوئی سکنا ممکن اتھے رسک نہیں دے جانے جس طرح اتھے گئے ہیں تساں وچ دسو جی اتھوں چھال ماری جائے نہیں نہیں چھال ماری جانے ہیں اگر یہ خواہش تو سنی آخری خواہش ہے تو اس پر عمل ہو سی نیچے دسو لوگ ہیں جیسے اساں چھال ماساں کتنے دور ہے سر اتھوں کٹ سی کون تساں چھوڑو رہندے چلو ٹھیک ہے اگر تساں آنے ہو تے نہ چھال مار اج اس تک کینسل اور عرفان ظفر نال ملاقات تھی بعد اتھوں اچ چھال مارنی نہیں نہیں ملاقات ہونا بہت ضروری ہے کیونکہ وہ ایسے ولاگر ہے انہوں نے مقابلے نے ولاگر اتھا ہے کشمیر اچ بہت کٹ ہے کوئی انہاں قدرتی چیزاں دسیاں اور انہاں تھی وعدہ اساں وی قدرتی چیزاں دسنے ہیں بوہ جی السلام علیکم اے اساں ہن تساں ہی ننے مننے اور کیوٹ کیوٹ بچے ماشاءاللہ اے گڈی اے گڈی اے گڈا او پیاری پڑی انہاں بچیاں چھوٹیاں چھوٹیاں بچیاں نال ملانے ہیں تے انہاں ہی پوچھنے ہیں کہ اے جڑا گراں ہے ویلج ہے اس نا کیا نام ہے اے کیڑی جگہ ہے چیڑی چیڑی تساں ایتھے ہی رہنے ہو ہاں ایتھے کوئی سکول وی آیا ہاں پڑھنے ہو سکول ہاں ہن کدھر جلے ہو مسجد مسجد کدھر ہے مسجد اہلو جی کیمرہ پیچھے مسجد دسو لو کہیں وعلیکم السلام پیچھے ہم تھا کو جی خوبصورت مسجد تو صحیح اس ٹائم نظر آئی رہی اور سی چیری نے مقام اوپر اور تقریباً اتھا جڑے لوگ کے کچھ ٹائم تک اتھا روڈ نہیں سی انہیں انہیں مشکل پیش آئی اور سی لیکن اس ٹائم میں پرسکون زندگی گزاری رہے کتنی پڑھنے ہو تساں دوسری روز مسجد ہی جانے ہو ہاں کیا نام ہے تساں سائم تساں کا نام ہے اماما نور تساں کا نام ہے زیا تساں کا نام ہے عالیہ ماشاءاللہ جی یہ بچے جڑا ہے انشاءاللہ شن کشمیر نا مستقبل بنسن تے مزید اگے جڑا کوئی ویو کرنے ہے تساں دسنا ہے او بھی تساں کا حال ہے بھائی جان ٹھیک ٹھاک ہے خیریت تساں جیڑی رہنے ہو جیڑی رہنے جیڑی رہنے ہو اے تساں ایتھے کم شم کیا کرنے ہو ایتھے بازار دا بہت دور پینا ہو سی اساں ایسے بارے ملکے چ ہونے ہاں سودا پتا دا اساں بازار نیڑا ہی تکن 20 25 منٹ لگ جنے کیڑے ملکے چ ہونے ہو اساں کراچی ہونے ہاں اچھا کراچی ہونے ہو تساں ایتھے نے لوگ انگلینڈ بھی گئے نے کوئی نہیں گئے نے ہاں نیڑے دبئی سعودی عرب اچھا ماشاءاللہ جی بھائی ہوراں بڑی پیاری گفتگو کیتی تے کراچی کیڑے شہر وچ ہونے ہو کیڑی جگہ سرابکوٹ چلو انشاءاللہ خدا آئے ہوں تھے تو سنال ملاقات کر سوں ٹھیک ہے جی بہت شکریہ یہ دو ننے ننے خوبصورت خوبصورت اور پیارے پیارے بچے آگے ہیں اور یہ ڈر رہے ہیں کہ باسط علی ولاگ ان کو کھا جائے گا السلام علیکم وعلیکم السلام کیا نام ہے تو سونا تصیف خالو تو سونا کیا نام ہے فاطمہ ماشاءاللہ اور کدھر جلے ہو تو سن اس ٹائم
مسجد جی آپ حضور سے مارنے ہونے سبق آئی جانا جی نہ اچھا تھا پھر مارنے جی نماز پڑھنے ہو جی سکول پڑھنے ہو جی چلو ٹھیک ہے پھر جو